ਨਵਾਂਸ਼ਹਿਰ ਦੇ ਪਿੰਡ ਕਾਟਗੜ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋਕਾਂ ਦੇ ਫਾਰਮ ਭਰਵਾ ਰਹੀ ਪੈਰਾ ਲੀਗਲ ਵਨਟਰੀਅਰ ਮਹਿਲਾ ਦੇ ਨਾਲ ਪੁਲਿਸ ਮੁਲਾਜ਼ਮ ਵੱਲੋਂ ਕਥਿਤ ਤੌਰ ਤੇ ਬਸਲੂਕੀ ਦਾ ਮਾਮਲਾ ਸਾਹਮਣੇ ਆਇਆ। ਮਹਿਲਾਵਾਂ ਨੇ ਇਲਜ਼ਾਮ ਲਗਾਇਆ ਕਿ ਜਿਸ ਵੇਲੇ ਉਹ ਲੋਕਾਂ ਦੇ ਫਾਰਮ ਭਰਨ ਦੀ ਕਾਰਵਾਈ ਕਰ ਰਹੇ ਸਨ, ਉਸ ਵੇਲੇ ਪੁਲਿਸ ਪਾਰਟੀ ਦੇ ਮੈਂਬਰਾਂ ਨੇ ਉਹਨਾਂ ਦੇ ਦਸਤਾਵੇਜ਼ ਖੋਹਣ ਦੀ ਕਾਰਵਾਈ ਕਰਨੀ ਸ਼ੁਰੂ ਕੀਤੀ। ਫਿਲਹਾਲ ਮਾਮਲਾ ਆਲਾ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲੈਂਦਾ ਗਿਆ। ਉਧਰ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਸੰਬੰਧਿਤ ਮਹਿਲਾ ਤੇ ਗਲਤ ਤਰੀਕੇ ਨਾਲ ਫਾਰਮ ਭਰਾਉਣ ਦੇ ਇਲਜ਼ਾਮ ਲਗਾਏ ਨੇ। ਫਿਲਹਾਲ ਇਲਾਕੇ ਦੇ DSP ਨੇ ਮਾਮਲੇ ਦੀ ਤਫਤੀਸ਼ ਦੀ ਗੱਲ ਕਹੀ ਹੈ।